हेलो गाइस, सत श्री अकाल जी सारिआं नूं। अज आपां गल करन वाले आ स्विफ्ट दी, जिहड़ी कि हैगी आ 2018 मॉडल ते मिड वेरिएंट स्विफ्ट आ। ਅਤੇ ਇਹ ਜਿਹੜੀ ਆ MT ਆ, MT ਮਤਲਬ ਕਿ ਮੈਨੂਅਲ ਟਰਾਂਸਮਿਸ਼ਨ ਆ, ਆਟੋਮੈਟਿਕ ਇਹ ਗੱਡੀ ਨਹੀਂ ਹੈਗੀ। ਅਤੇ ਇਸ ਗੱਡੀ ਨੂੰ ਲਗਭਗ ਜਿਹੜੇ 400 ਲੋਕ ਲਈ ਨੂੰ, ਅਤੇ ਤੁਹਾਨੂੰ ਹੁਣ ਇਹਦੇ ਓਨਰ ਨਾਲ ਬੁਲਾਉਂਦਾ ਆ ਅਤੇ ਉਹਨਾਂ ਨੂੰ ਬਾਕੀ ਆਪਣੇ ਪੁੱਛ ਲੈਣਾ। ਸੋ ਜਿਹੜੀਆਂ ਗੱਡੀ ਦੀਆਂ ਜਿਹੜੀਆਂ ਸੀਟਾਂ ਆ ਉਹ ਲੈਦਰ ਸੀਟ ਆ, ਜਿਹੜੀਆਂ ਕਿ ਆਸਟਰ ਮਾਰਕੀਟ ਲਵਾਈ ਹੋਈਆਂ ਵਾ। ਅਤੇ ਜੇ ਆਪਾਂ ਇਹਦੇ ਵਿੱਚ ਇੰਟੀਰੀਅਰ ਦੀ ਗੱਲ ਕਰੀਏ ਤਾਂ ਇੰਟੀਰੀਅਰ ਸਾਰਾ ਹੀ ਬਲੈਕ ਆਉਂਦਾ ਵਾ, ਡੋਰਸ ਅਤੇ ਜਿਹੜਾ ਇਹਦਾ ਆਪਣਾ ਡੈਸ਼ਬੋਰਡ ਉਹ ਵੀ ਬਲੈਕ ਹੀ ਆਉਂਦਾ ਵਾ। ਡੈਸ਼ਬੋਰਡ ਦੇ ਵਿੱਚ ਜਿਹੜਾ ਇੱਥੇ ਸਿਲਵਰ ਦਿੱਤਾ ਗਿਆ, ਜਿਹੜਾ ਟੋਟਲੀ ਆਲ ਬਲੈਕ ਹੀ ਆ ਰੂਫ ਨੂੰ ਛੱਡ ਕੇ। ਅਤੇ ਜਿਹੜੀ ਟੋਪ ਮਾਡਲ ਆਉਂਦੀ ਹੁਣ ਉਹਦੇ ਵਿੱਚ ਤਾਂ ਜਿਹੜੇ ਰੂਫ ਆ ਉਹ ਵੀ ਬਲੈਕ ਹੀ ਮਤਲਬ ਦੇ ਦਿੰਦੇ ਆ ਉਹ, ਅਤੇ ਜਾਂ ਫਿਰ ਆਪਾਂ ਆਫਟਰ ਮਾਰਕੀਟ ਉਹਨੂੰ ਕਰਵਾ ਸਕਦੇ ਹਾਂ। ਅਤੇ ਪਿਲਰਸ ਜਿਹੜੇ ਆ ਉਹ ਕਰੀਮ ਕਲਰ ਦੇ ਵਿੱਚ ਆ, ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ। ਅਤੇ ਜਿਹੜਾ ਡੈਸ਼ਬੋਰਡ ਇੱਥੇ ਸਿਲਵਰ ਫਿਨਿਸ਼ ਆਉਂਦੀ ਆ, ਅਤੇ ਜਿਹੜੀ ਇਹਦੀ LCD ਆ ਨੂੰ ਆਪਾਂ ਆਡੀਓ ਪਲੇਅਰ ਕਹਿ ਦਿੰਦੇ ਹਾਂ, ਉਹ ਆਫਟਰ ਮਾਰਕੀਟ ਦੇ ਵਿੱਚ ਲੱਗਾ ਹੋਇਆ ਵਾ। ਅਤੇ ਮਿਡ ਵੇਰੀਅੰਟ ਲੈਣ ਦਾ ਆਪਣੇ ਇਹ ਫਾਇਦਾ ਵਾ, ਜਿਹੜਾ ਕਿ ਇਹਦੇ ਵਿੱਚ ਆਪਾਂ ਨੂੰ ਜਿਹੜੇ AC ਕੰਟਰੋਲ ਆ ਉਹ ਆਟੋਮੈਟਿਕ ਮਿਲ ਜਾਂਦੇ ਆ, ਅਤੇ ਜਿਹੜੀ ਡਿਸਪਲੇ ਮਿਲ ਜਾਂਦੀ, ਜਿਹੜੀ ਆਪਾਂ ਨੂੰ ਲੋ ਹਾਈ ਦੀ ਜਿਹੜੀ ਆਪਾਂ ਨੂੰ ਦਿਖਾਉਂਦੀ ਆ, ਏਅਰ ਪਿਓਰੀਫਾਇਰ, AC ਸਾਰਾ ਕੁਛ ਆਪਾਂ ਨੂੰ ਦਿੱਤਾ ਹੋਇਆ ਵਾ। ਇੱਥੋਂ ਮੋਡ ਚੇਂਜ ਕਰ ਸਕਦੇ ਹਾਂ, ਆਨ ਆਫ ਦੀ ਆਪਸ਼ਨ ਮਿਲਦੀ ਆਪਾਂ ਨੂੰ। ਮੀਟਰ ਆ ਉਹ ਡਿਜੀਟਲ ਜਿਹੜੇ ਨਹੀਂ ਆਉਂਦੇ ਕਿ ਐਨਾਲੋਗ ਹੀ ਆ, ਅਤੇ ਜਿਹੜੇ ਉੱਦਾਂ ਤੁਹਾਡੇ ਮੀਟਰ ਜਿਹੜੇ ਆਉਣ ਵਾਲੇ ਸਵਿਫਟ ਵਿੱਚ ਅਤੇ RD ਸਵਿਫਟ 'ਚ ਕੋਈ ਚੇਂਜ ਨਹੀਂ ਹੈਗਾ ਐਡਾ। ਅਤੇ ਇਹਨਾਂ ਨੂੰ ਆਪਾਂ ਦੇਖ ਸਕਦੇ ਹਾਂ ਵੀ ਜਿਹੜੇ ਮੀਟਰ ਬਣਾਏ ਗਏ ਆ ਉਹ ਸਪੋਰਟੀ ਲੁੱਕ ਦਿੱਤੀ ਹੋਈ ਆ, ਅਤੇ ਵਿਚਾਲੇ ਜਿਹੜੀ ਇਹਦੇ ਆਪਾਂ ਨੂੰ ਐਨਾਲੋਗ ਨਹੀਂ ਡਿਜੀਟਲ ਮਿਲਦਾ ਵਾ, ਜਿਹੜਾ ਆਪਾਂ ਨੂੰ MID ਮਿਲਦੀ, ਜਿਹਦੇ ਵਿੱਚ ਆਪਾਂ ਨੂੰ ਕਿਲੋਮੀਟਰ ਦੇਖਦੇ ਆ, ਕਿੰਨਾ ਵਿੱਚ ਤੇਲ ਆ, ਘੱਟ ਵੱਧ ਸਾਰਾ ਕੁਝ ਪਤਾ ਲੱਗਦਾ ਵਾ। ਜਿਹੜਾ ਇਹਦੇ ਵਿੱਚ ਆਪਾਂ ਨੂੰ ਟੈਂਪਰੇਚਰ ਉਹ ਵੀ ਦੱਸਦੀ ਗੱਡੀ ਵਿੱਚ ਕਿੰਨਾ ਆ, ਅਤੇ ਜਿਹੜਾ ਇਹਦੇ ਆਪਾਂ ਨੂੰ ਬਲੋਰ ਆ ਸੇਮ ਆਉਣ ਵਾਲੀ ਐਂਗੂ ਦੇ ਵਿੱਚ, ਕੋਈ ਫਰਕ ਨਹੀਂ। ਸਿਰਫ ਅਤੇ ਸਿਰਫ ਉਹਨਾਂ ਨੇ ਪੈਸਿਆਂ ਦਾ ਫਰਕ ਕੀਤਾ ਵਾ। ਪਹਿਲਾਂ ਜਿਹੜੀ ਬੇਸ ਮਾਡਲ ਆਉਂਦੀ ਸੀਗੀ ਉਹ ਸੀਗੀ 5.5 ਲੱਖ ਦੀ, ਅਤੇ ਜਿਹੜਾ ਹੋਣ ਵਾਲੇ ਵੇਰੀਅੰਟ ਬੇਸ ਮਾਡਲ ਸਟਾਰਟ ਹੁੰਦੇ ਆ ਉਹ ਹੀ 6.5 ਲੱਖ ਤੋਂ ਸਟਾਰਟ ਹੁੰਦਾ। ਪੂਰਾ 1 ਲੱਖ ਰੁਪਇਆ ਵਧਾ ਤਾ ਜਾਂ ਕਿਸੇ ਨਾ ਕਿਸੇ ਨਾਮ 'ਤੇ ਠੱਗੀ ਮਾਰੀ ਜਾਂਦੇ, ਜੇ ਆਪਾਂ ਕਹਿੰਦੇ GST ਵੱਧ ਗਿਆ ਜਾਂ ਕੋਈ ਟੈਕਸ ਚਾਰਜਿਸ ਵੱਧ ਗਏ। ਅਤੇ ਜਿਹੜਾ ਇਹਦੇ IRVM ਇਹ ਵੀ ਜਿਹੜਾ ਵਾ ਐਡਜਸਟੇਬਲ ਆਉਂਦਾ ਵਾ, ਇਹਨੂੰ ਆਪਾਂ ਹੈਂਡ ਨਾਲ ਐਡਜਸਟ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਜਿਹੜਾ ਵਾ ਵੈਨਿਟੀ ਮਿਰਰ ਆਉਂਦਾ ਆ ਵਿਦਆਊਟ ਲਾਈਟ, ਅਤੇ ਜਿਹੜੇ ਇਹਦੇ ਵਿੱਚ ਏਅਰ ਬੈਗ ਆ ਉਹ ਸਿਰਫ 1 ਏਅਰ ਬੈਗ ਹੀ ਆਉਂਦਾ ਆ, ਜਿਹੜਾ ਕਿ ਡਰਾਈਵਰ ਸਾਈਡ ਹੀ ਆ, ਅਤੇ ਦੂਸਰੀ ਸਾਈਡ ਜਿਹੜਾ ਏਅਰ ਬੈਗ ਨਹੀਂ ਹੁੰਦਾ। ਟੋਪ ਮਾਡਲ ਵਿੱਚ 2 ਏਅਰ ਬੈਗ ਆਉਂਦੇ ਆ, 1 ਹੁੰਦਾ ਵਾ ਕੰਡਕਟਰ ਸਾਈਡ 'ਤੇ ਹੁੰਦਾ ਵਾ, ਅਤੇ ਦੂਸਰਾ ਜਿਹੜਾ ਆ ਉਹ ਡਰਾਈਵਰ ਸਾਈਡ 'ਤੇ ਹੁੰਦਾ ਆ। ਅਤੇ ਹੁਣ ਆਪਾਂ ਇਹਦੇ ਗੱਲ ਕਰਦੇ ਹਾਂ ਓਨਰ ਨਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਭਾਅ ਜੀ ਤੁਹਾਨੂੰ ਗੱਡੀ ਲਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਜੀ? ਭਾਅ ਜੀ ਗੱਡੀ 2018 'ਚ ਲਈ ਸੀ ਆਪਾਂ। ਠੀਕ ਆ। ਅਤੇ ਜਿਹੜੀ ਗੱਡੀ ਸੀਗੀ ਤੁਹਾਨੂੰ ਦੱਸਿਓ ਸਾਹਮਣੇ, ਜਿਹੜੀ ਗੱਡੀ ਆ ਤੁਹਾਨੂੰ ਕਿੰਨੇ ਕੁ ਦੇ ਵਿੱਚ ਪੈ ਗਈ ਸੀ? ਭਾਅ ਜੀ ਅਰਾਊਂਡ 7.5-7 ਲੱਖ 'ਚ ਪੈ ਗਈ ਸੀ। ਅਤੇ ਤੁਸੀਂ ਇਹਦੇ ਵਿੱਚ ਬਾਅਦ 'ਚ ਕੋਈ ਚੇਂਜਸ ਵੀ ਕਰਵਾਈਆਂ? ਹਾਂਜੀ ਭਾਅ ਜੀ, ਉੱਤੇ ਜਿੱਦਾਂ ਬਾਅਦ 'ਚ ਪੈਸੇ ਬਹੁਤ ਲੱਗੇ ਆ ਜਿੱਦਾਂ ਗੱਡੀ 'ਚ। ਅਤੇ ਕਿਹੜੇ ਕਿਹੜੇ ਚੇਂਜਸ ਤੁਸੀਂ ਕਰਵਾਈਆਂ ਇਹਦੇ ਵਿੱਚ? ਪਹਿਲੇ ਨੰਬਰ 'ਤੇ ਭਾਅ ਜੀ LCD ਲਵਾਈ ਸੀ ਜੀ ਇਹਦੇ 'ਚ। ਅਤੇ ਨਹੀਂ, ਜਿੱਦਾਂ ਇਹਦੇ ਵਿੱਚ ਪਹਿਲਾਂ ਸਟੋਕ LCD ਆਉਂਦੀ ਸੀਗੀ, ਤੁਸੀਂ ਉਹਨੂੰ ਕਿਉਂ ਨਹੀਂ ਰੈਫਰ ਕਰਦੇ ਸਟੋਕ ਨੂੰ? ਆਪਾਂ ਉੱਪਰਲੇ ਮਾਡਲ 'ਚ ਆਉਂਦੀ ਸੀ ਇਹਦੇ ਤੋਂ, ਜਿਹੜੀ ਇਹਦੇ ਵਿੱਚ ਨਹੀਂ ਸੀ ਆਉਂਦੀ, ਇਹਦੇ ਵਿੱਚ ਸੈਂਪਲ ਆਉਂਦਾ, ਸਟੀਰੀਓ ਲੱਗਾ ਹੁੰਦਾ ਸੀਗਾ। ਅੱਛਾ। ਇਹ ਆਪਾਂ ਇਸ ਕਰਕੇ ਉੱਪਰਲਾ ਮਾਡਲ ਨਹੀਂ ਲਿਆ ਸੀਗਾ, ਬਿਕੋਜ਼ ਉਹਦੇ ਵਿੱਚ ਜਿੰਨੀਆਂ 3-4 ਚੀਜ਼ਾਂ ਵੱਧ ਸੀਗੀਆਂ ਉਹਦੇ ਵਿੱਚ, ਜਿਹੜਾ ਟੋਪ ਮਾਡਲ ਸੀਗਾ। ਠੀਕ ਹੈ। ਇੱਕ ਏਅਰ ਬੈਗ ਜਿੱਦਾਂ ਤੁਸੀਂ ਦੱਸਿਆ, ਇੱਕ LCD ਸੀਗੀ ਵਿੱਚ, ਅਤੇ 1-2 ਚੀਜ਼ਾਂ ਸੈਂਸਰ ਸੀਗੇ ਜਿਹੜੇ ਉਹਦੇ ਵਿੱਚ ਵੱਧ ਸੀਗੇ, ਜਿਹਨੂੰ ਆਪਾਂ ਨਹੀਂ ਲਿਆ ਕਰਕੇ ਉਹ ਜਿਹੜੀ 1,22,000 ਰੁਪਏ ਦੀ ਉਹਨਾਂ ਨੇ LCD ਇਹ ਕੱਟੀ ਸੀ ਵਿੱਚੋਂ। ਆਫਟਰ ਮਾਰਕੀਟ ਆਪਾਂ ਇਹ 9,000 ਦੀ ਲਵਾ ਲਈ ਆ ਬਾਹਰੋਂ, 22,000-23,000 ਦੀ ਉਹਨਾਂ ਨੇ ਕੱਟੀ ਹੋਈ ਸੀਗੀ, 22-23,000 ਦੀ ਅੰਦਰੋਂ ਲੱਗਦੀ ਸੀਗੀ। ਤੇ ਇਹਦੇ ਵਿੱਚ ਕੋਈ ਜਿੱਦਾਂ ਤੁਹਾਨੂੰ ਹਜੇ ਤੱਕ ਤੁਸੀਂ ਚਲਾਈ ਹੈ ਇਹਨੂੰ, ਘੱਟੋ ਘੱਟ ਤੁਸੀਂ ਦੱਸਿਆ ਵੀ 3 ਸਾਲ ਹੋ ਗਏ ਗੱਡੀ ਨੂੰ, ਮਤਲਬ 3-4 ਸਾਲ ਹੋ ਗਏ, ਤੇ ਇਹਦੇ ਵਿੱਚ ਕੋਈ ਤੁਹਾਨੂੰ ਲੈਗ ਮਹਿਸੂਸ ਹੋਇਆ ਇਹਦੇ ਵਿੱਚ ਕੋਈ? ਜਦੋਂ ਦੀ ਲਵਾਈ ਹੈ ਸੇਮ ਉੱਦਾਂ ਦੀ ਸੇਮ ਟੂ ਚੱਲ ਰਹੀ ਹੈ, ਨਾ ਆਪਾਂ ਨੂੰ ਕੋਈ ਇਹਨੇ ਹੈਂਗ ਹੋ ਗਈ ਜਾਂ ਕਿੱਦਾਂ, ਆਪਾਂ ਪਹਿਲਾਂ ਹੀ ਵਧੀਆ ਦੇਖ ਕੇ ਲਵਾਈ ਸੀਗੀ। ਠੀਕ ਆ। ਤੇ ਇਹਦੀ ਰੈਮ ਕਿੰਨੀ? 2 GB ਰੈਮ ਹੈ ਇਹਦੀ ਭਾਈ, 3 GB ਰੈਮ ਆ ਤੇ 64 GB ਏਰੀਆ ਆਪਦੀ ਸਟੋਰੇਜ ਦਾ। ਠੀਕ ਆ ਜੀ। ਤੇ ਇਹਦੇ ਵਿੱਚ ਮਤਲਬ ਜਿੱਦਾਂ ਆਪਾਂ ਕਹਿ ਦਿੰਦੇ ਨੈਵੀਗੇਸ਼ਨ ਵਗੈਰਾ ਸਾਰਾ ਕੁਝ ਹੁੰਦਾ? ਸਾਰਾ ਕੁਝ ਇਹਦੇ ਵਿੱਚ ਆ। ਇਹ ਐਂਡਰੋਇਡ ਸਟੂਡੀਓ ਹੋਣਾ ਆ? ਐਂਡਰੋਇਡ ਵੀ ਆ, ਨਾਲ ਆਪਾਂ ਦੂਆ ਵੀ ਐਪਲ ਕਾਰਪਲੇ ਕਨੈਕਟ ਕਰ ਸਕਦੇ ਹਾਂ। ਹਾਂਜੀ, ਕਰ ਸਕਦੇ। ਠੀਕ ਆ। ਤੇ ਇਹਦੇ ਵਿੱਚ ਹੋਰ ਤੁਸੀਂ ਦੱਸੋ ਕਿ ਕਿਹੜੀਆਂ ਆਪਸ਼ਨਸ ਆਉਂਦੀਆਂ ਆ ਇਹਦੇ ਵਿੱਚ? ਆਪਾਂ ਨੂੰ ਸਾਰਾ ਮੈਪ ਦੀ, ਮੈਪਿੰਗ ਦੀ ਆਪਸ਼ਨ ਆਉਂਦੀ, ਕਾਲਿੰਗ ਦੀ ਆਪਸ਼ਨ ਆਉਂਦੀ, ਆਪਾਂ ਗਾਣਾ ਜਾਂ ਸਾਰਾ ਕੁਝ ਬਲੂਟੁੱਥ ਆਪਣੇ ਫੋਨ ਵਾਲਾ ਅਤੇ ਕ੍ਰੋਮ ਜੋ ਵੀ ਸਾਰਾ ਕੁਝ ਫੋਨ ਆਂਗੂ ਐਂਡਰੋਇਡ ਵਾ, ਤੇ ਜਿਹੜਾ ਇਹਦੇ ਵਿੱਚ ਸਿਮ ਵੀ ਪੈਂਦੀ ਹੋਣੀ? ਹਾਂਜੀ, ਇਹਦੇ ਸਿਮ ਵੀ ਪੈਂਦੀ, ਉਹ ਇੱਧਰ ਵੱਖਰੀਆਂ ਰੀਆਂ ਤਾਰਾਂ ਕਢਾਈਆਂ ਹੋਈਆਂ ਵਾ। ਮਤਲਬ ਜੇ ਆਪਾਂ ਵਾਈਫਾਈ ਨਹੀਂ ਯੂਜ਼ ਕਰਨਾ, ਆਪਾਂ ਸਿਮ ਤੋਂ ਵੀ ਡਾਟਾ ਲੈ ਸਕਦੇ ਹਾਂ ਕਿਤੇ ਨਾ ਕਿਤੇ। ਮਤਲਬ ਜੇ ਆਪਾਂ ਦੇਖੀਏ ਤਾਂ ਇਹ ਗੱਡੀ ਨੂੰ ਫੋਨ ਦੀ ਲੋੜ ਨਹੀਂ ਗੀ, ਫੋਨ ਇਹਦੇ ਵਿੱਚ ਹੀ ਆ, ਮਤਲਬ ਇੱਕ ਹਿਸਾਬ ਨਾਲ ਬਸ ਇਦਾਂ ਹੀ ਕਹਿ ਸਕਦੇ, ਕਿਉਂਕਿ ਆਪਾਂ ਇਹਦੇ ਵਿੱਚ ਜੇ ਕੋਈ ਸਰਚ ਕਰਨ ਨੂੰ ਕ੍ਰੋਮ ਵਗੈਰਾ ਸਾਰਾ ਕੁਝ ਵਿੱਚ ਦਿੱਤਾ ਹੋਇਆ ਉਹਨਾਂ ਨੇ, ਪਲੇ ਸਟੋਰ ਵਗੈਰਾ, ਹੈ ਨਾ ਜੀ? ਹਾਂਜੀ ਭਾਜੀ। ਤੇ ਹੋਰ ਤੁਸੀਂ ਇਹਦੇ ਬਾਰੇ ਕੁਝ ਗੱਡੀ ਬਾਰੇ ਪ੍ਰੋਸ ਕੋਨਸ ਕੁਝ ਵੀ ਦੱਸਣਾ ਚਾਹੋਗੇ? ਆਫਟਰ ਮਾਰਕੀਟ ਇਹਦੇ ਵਿੱਚ ਜੇ ਗੱਲ ਕਰੀਏ, ਜਿੱਦਾਂ ਇਹ ਸਾਰੀਆਂ ਲੈਦਰ ਇੰਡੀਆਂ ਸੀਟਾਂ ਕਰਵਾਈਆਂ ਵਾ, ਇਹ ਬਹੁਤ ਕੋਸਟਲੀ ਕਰਵਾਈਆਂ ਉਸ ਤੋਂ ਬਾਅਦ ਮੈਂ, ਤੇ ਜਿਹੜੇ ਬਾਅਦ
ਠੀਕ ਆ ਤੇ ਤੁਹਾਨੂੰ ਮਤਲਬ ਇਦਾਂ ਨਹੀਂ ਲੱਗਦਾ ਵੀ ਤੁਸੀਂ 7 ਲੱਖ ਦੀ ਜਦੋਂ ਗੱਡੀ ਲਈ ਸੀਗੀ ਤੇ ਘੱਟੋ ਘੱਟ ਪਈ ਆ ਤੁਸੀਂ 1.5-2 ਲੱਖ ਦੇ ਉੱਤੇ ਲਾ ਚੁੱਕੇ ਆ ਤੇ ਤੂੰ ਬੈਟਰ ਤੁਸੀਂ ਜੇ ਟੋਪ ਮਾਡਲ ਲੈ ਲੈਂਦੇ ਬਈ ਟੋਪ ਮਾਡਲ ਇਦਾਂ ਸੀਗਾ ਉਦੋਂ ਇਹ ਵਿਚਾਰ ਸੀਗਾ ਵੀ 2-3 ਚੀਜ਼ਾਂ ਵੱਧ ਕਰਕੇ 1.5 ਲੱਖ ਰੁਪਇਆ ਆਪਾਂ ਕਾਹਤੋਂ ਭਰ ਰਹੇ ਉਸ ਤੋਂ ਬਾਅਦ ਮੈਂ ਜੇ ਅਲੋਏ ਉਹਨੂੰ ਵੀ ਪਵਾਉਣੇ ਪੈਣੇ ਸਭ ਕੁਛ ਕਰਾਉਣਾ ਪੈਣਾ ਸੀਗਾ ਮਤਲਬ ਮੈਂ ਆਪਣੀ ਮਨਪਸੰਦ ਦਾ ਲਵਾ ਸਕਦਾ ਵਾਂ ਜੇ ਮੈਂ ਪੈਸੇ ਖਰਚੇ ਆ ਮੈਂ ਆਪਣੇ ਮਨਪਸੰਦ ਚੀਜ਼ ਵੀ ਲਈ ਆ ਹਾਂਜੀ ਤੇ ਜੇ ਆਪਾਂ ਇਹ ਸਰਵਿਸ ਕਾਸਟ ਦੀ ਗੱਲ ਕਰੀਏ ਤਾਂ ਤੁਹਾਨੂੰ ਮਤਲਬ ਜਿਹੜੀ ਕੰਪਨੀ ਨੇ ਕੀ ਸਰਵਿਸ ਰੈਫਰ ਕੀਤੀ ਸੀ ਸਰਵਿਸ ਪਹਿਲਾਂ ਦਾ ਸੀਗਾ 3000 ਰੁਪਇਆ ਪੇ ਕਰਦਾ ਸੀਗਾ ਪਹਿਲਾਂ ਜਦੋਂ 1-2 ਸਰਵਿਸਾਂ ਬਾਅਦ 3500-4000 ਇੱਥੋਂ ਤਾਈਂ ਸਰਵਿਸ ਸੀ ਤੇ ਉਹਨਾਂ ਨੇ ਕੰਪਨੀ ਨੂੰ ਕੋਈ ਸਰਵਿਸ ਮਾਫ ਵੀ ਕੀਤੀ ਨੇ 2-3 ਸਰਵਿਸਾਂ ਮਾਫ ਸੀਗੀਆਂ ਪਹਿਲਾਂ ਜੀ ਠੀਕ ਆ ਤੇ ਪਹਿਲੀ ਸਰਵਿਸ ਕਿੰਨੇ ਕਿਤੇ ਹੋਈ ਸੀ ਇਹਦੀ ਜਾ ਕੇ ਜਿੱਦਾਂ ਪਹਿਲੀ ਸਰਵਿਸ ਜਿਹੜੀ 1000 ਕਿਤੇ ਅਰਾਊਂਡ ਹੋ ਗਈ ਸੀ ਜੀ ਤੇ ਜਿਹੜੀ ਦੂਜੀ ਤੇ ਜੀ ਸਰਵਿਸ ਉਹ ਇਦਾਂ ਹੀ 2500 ਤੋਂ ਠੀਕ ਆ ਜੀ ਹਾਂਜੀ ਤੇ ਮਤਲਬ ਆਹ ਕੁਛ ਕਹਿਣਾ ਗੱਡੀ ਦੇ ਬਾਰੇ ਜਿਹੜਾ ਤੁਸੀਂ ਮਤਲਬ ਤੁਹਾਨੂੰ ਦੱਸਿਆ ਹਨਾ ਹਾਂਜੀ ਭਾਈ ਤੇ ਗੱਡੀ ਓਵਰਵਿਊ ਮੈਂ ਦੇਖਾਂ ਤੇ ਗੱਡੀ ਬਹੁਤ ਵਧੀਆ ਆਪਾਂ ਨੂੰ ਸਾਰੇ ਇੱਥੇ ਕੰਟਰੋਲ ਮਿਲ ਜਾਂਦੇ ਆ ਪੁਸ਼ ਬਟਨ ਸਟਾਰਟ ਮਿਲ ਜਾਂਦਾ ਠੀਕ ਆ ਕੀ ਆਪਾਂ ਜਿੱਦਾਂ ਮਰਜ਼ੀ ਆ ਵੀ ਜਿਹੜਾ ਇਹ ਤੋਂ ਡਾਊਨ ਮਾਡਲ ਸੀਗਾ ਉਹਦੇ ਵਿੱਚ ਦੂਸਰੀ ਕੀ ਸੀਗੀ ਪੁਸ਼ ਬਟਨ ਸਟਾਰਟ ਨਹੀਂ ਸੀ ਆਉਂਦਾ ਇਹਦੇ ਵਿੱਚ ਪੁਸ਼ ਬਟਨ ਸਟਾਰਟ ਵੀ ਆਉਂਦਾ ਉਹ ਸਾਰੇ ਕੰਟਰੋਲ ਆਉਂਦੇ ਆ ਸਾਰਾ ਕੁਝ ਓਕੇ ਆ ਮਤਲਬ ਜਿਹੜਾ ਆਪਾਂ ਇਹਦੀ ਵਿਊ ਦੀ ਗੱਲ ਕਰੀਏ ਜਿਹੜਾ ਉਹ ਡਾਊਨ ਜਿਹੜੀ ਇਹ ਤੋਂ ਡਾਊਨ ਵਾਲਾ ਮਾਡਲ ਆ ਉਹਦੇ ਨੂੰ ਕਿਤੇ ਵਧੀਆ ਇਹਦਾ ਵਿਊ ਆ ਉਹਦੇ ਜਿਹੜਾ ਸਾਰਾ ਕੁਝ ਚੇਂਜ ਸੀਗਾ ਜਿਹੜਾ ਮੀਟਰ ਸਾਰਾ ਕੁਝ ਜਿੱਦਾਂ LED ਵਿੱਚ ਸਾਰਾ ਕੁਝ ਲੱਗਾ ਇਹੋ ਜਿਹਾ ਕੁਛ ਨਹੀਂ ਸੀ ਉਹ ਚ ਨਾਰਮਲ ਜਿੱਦਾਂ ਪਹਿਲਾਂ ਸਵਿਫਟ ਚ ਆਉਂਦਾ ਹੀ ਉਦਾਂ ਤੇ ਤੁਸੀਂ ਮਤਲਬ ਜਿਹੜੀ 3 ਸਾਲ ਚਲਾ ਲਈ ਆ ਤੇ ਤੁਸੀਂ ਮਤਲਬ i20 ਦੇ ਇਹਦੇ ਵਿੱਚੋਂ i20 ਕਿਉਂ ਲਈ ਤੁਸੀਂ ਗੱਡੀ ਬਈ i20 ਇੱਕ ਤਾਂ ਹੰਡਾਈ ਵਾਲਿਆਂ ਨੇ ਦੇਖੋ ਜਿਹੜੀ ਕਾਸਟ ਵਾ ਉਹ ਪਹਿਲਾਂ ਵੀ ਆਪਾਂ ਖਰੀਦਣ ਲੱਗੇ ਵੀ ਆਪਾਂ ਨੂੰ ਜ਼ਿਆਦੀ ਪੈਂਦੀ ਆ ਦੂਜੇ ਨੰਬਰ ਤੇ ਉਹਨੇ ਸਰਵਿਸ ਵੀ ਜ਼ਿਆਦੀ ਆ ਤੇ ਤੀਜੇ ਨੰਬਰ ਤੇ ਜੇ ਮੈਂ ਗੱਲ ਕਰਾਂ ਮੰਨ ਲਓ ਰੱਬ ਨਾ ਕਰੇ ਇਹ ਕੋਈ ਪਾਰਟ ਖਰਾਬ ਹੋ ਜਾਂਦਾ ਵਾ ਜਾਂ ਐਕਸੀਡੈਂਟ ਹੋ ਜਾਂਦਾ ਵਾ ਤਾਂ ਜਿਹੜੀ ਹੰਡਾਈ ਵਾਲਿਆਂ ਦੀ ਆ ਬਹੁਤ ਕੋਸਟਲੀ ਉਹ ਸਰਵਿਸ ਪ੍ਰੋਵਾਈਡ ਕਰਕੇ ਦਿੰਦੇ ਜਾਂ ਸਰਵਿਸ ਹੋ ਗਈ ਜਾਂ ਕੋਈ ਪਾਰਟ ਹੋ ਗਿਆ ਬਹੁਤ ਕੋਸਟਲੀ ਆ ਉਹਨਾਂ ਦਾ ਤੇ ਜੋ ਕਿ ਇਹ ਸਵਿਫਟ ਦਾ ਮੈਨੂੰ ਬਹੁਤ ਵਧੀਆ ਲੱਗਾ ਵੀ ਇੰਨਾ ਕੋਸਟਲੀ ਨਹੀਂਗਾ ਕੁਛ ਆਮ ਜਿੱਦਾਂ ਕਿ ਕੋਈ ਵੀ ਬੰਦਾ ਸਰਵਾਈਵ ਕਰਦਾ ਵਾ ਉਹ ਲੈ ਅਫੋਰਡ ਕਰ ਸਕਦਾ ਵਾ ਠੀਕ ਆ ਤੇ ਤੁਸੀਂ ਜਿੱਦਾਂ ਮਤਲਬ ਇਹਦੀ ਸਰਵਿਸ ਕਰਵਾਈ ਆ ਕੰਪਨੀਆਂ ਨਾਲ ਤਾਂ ਤੁਹਾਡਾ ਜਿਹੜਾ ਬਿਹੇਵੀਅਰ ਸੀ ਕੰਪਨੀ ਨਾਲ ਤੁਹਾਡੇ ਨਾਲ ਕਿਹੋ ਜਿਹਾ ਸੀਗਾ ਬਿਹੇਵੀਅਰ ਇਦਾਂ ਹੁੰਦਾ ਬਈ ਆਪਣੇ ਤੇ ਸਹੀ ਸੀਗਾ ਜੋ ਵੀ ਸੀਗਾ ਕੰਪਨੀ ਤੋਂ ਮੈਂ 4-5 ਪਹਿਲੀਆਂ ਕਰਾਈਆਂ ਬਾਕੀ ਮੈਂ ਬਾਹਰੋਂ ਕਰਾਉਣ ਲੱਗ ਪਿਆ ਬਿਕੋਜ਼ ਥੋੜਾ ਕੋਸਟਲੀ ਕਰਦੇ ਸੀ ਮੈਂ ਬਾਹਰੋਂ ਕਰਾਉਣ ਲੱਗ ਪਿਆ ਬਾਹਰ ਵੀ ਸੇਮ ਸੀਗੀ ਅੰਦਰ ਉੱਥੇ ਵੀ ਸੇਮ ਕਿਉਂਕਿ ਜੇ ਆਪਾਂ ਦੇਖੀ ਤੇ ਜਾਂ ਟਾਟਾ ਜਾਂ ਮਹਿੰਦਰਾ ਵਾਲੇ ਹੋ ਗਏ ਤੇ ਮਤਲਬ ਕਈ ਥਾਵਾਂ ਤੇ ਤਾਂ ਵਧੀਆ ਵੀ ਆ ਪਰ ਜੇ ਆਪਾਂ ਆਪਣੇ ਨੇੜੇ ਤੇੜੇ ਦੇਖੀਏ ਜਲੰਧਰ ਸ਼ਹਿਰ ਦੇ ਨੇੜੇ ਤੇੜੇ ਤਾਂ ਉਹਨਾਂ ਦੇ ਕਈਆਂ ਜਿਹੜੇ ਉਹਨਾਂ ਦੇ ਇੰਪਲੋਈ ਹੁੰਦੇ ਆ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਵਧੀਆ ਨਹੀਂ ਹੁੰਦਾ ਹੁੰਦੀ ਬਾਈ ਜਦੋਂ ਆਪਾਂ ਮੰਨ ਲਓ ਜੇ ਬਿਹੇਵੀਅਰ ਦੀ ਤੁਸੀਂ ਗੱਲ ਪੁੱਛੀ ਰਹੇ ਤਾਂ ਮੈਂ ਦੱਸ ਦਿੰਦਾ ਜਦੋਂ ਆਪਾਂ ਗੱਡੀ ਬਾਏ ਕਰਨੀ ਹੁੰਦੀ ਆ ਉਦੋਂ ਕੁਝ ਹੋਰ ਹੁੰਦੇ ਆ ਜਦੋਂ ਆਪਾਂ ਸਰਵਿਸ ਲਈ ਜਾਂ ਆਪਾਂ ਇੰਸ਼ੋਰੈਂਸ ਕਲੇਮ ਲਈ ਜਾਣਾ ਹੁੰਦਾ ਉਹਨਾਂ ਦੇ ਕੋਲ ਤਾਂ ਉਦੋਂ ਕੁਝ ਹੋਰ ਹੋ ਜਾਂਦੇ ਆ ਜੀ ਮਤਲਬ ਕਿ ਤੁਸੀਂ ਗੱਡੀ ਤੋਂ ਤੇ ਜਿਹੜਾ ਉਹਨਾਂ ਤੋਂ ਕੰਪਨੀ ਨਾਲ ਪੂਰਾ ਸੈਟੀਸਫਾਈ ਆ ਹਾਂਜੀ ਸੈਟੀਸਫਾਈ ਆ ਜੀ ਤੇ ਜੇ ਆਪਾਂ ਦੇਖੀਏ ਤਾਂ ਤੁਸੀਂ 3-4 ਸਾਲ ਗੱਡੀ ਲਈ ਨੂੰ ਹੋ ਗਿਆ ਤੁਸੀਂ ਉਹਨਾਂ ਕੋ ਕਿਸੇ ਹੋਰ ਨੂੰ ਰეკਮੈਂਡ ਕਰੋਗੇ ਤੁਹਾਨੂੰ ਇਹ ਗੱਡੀ ਸਵਿਫਟ ਲੈਣੀ ਚਾਹੀਦੀ ਹੈ ਨਹੀਂ ਲੈਣੀ ਚਾਹੀਦੀ ਜਿੱਦਾਂ ਕਿ ਜੇ ਕੋਈ ਅਫੋਰਡੇਬਲ ਹੈਗਾ ਵਾ ਮੈਂ ਜ਼ਰੂਰ ਕਹੂੰਗਾ ਇਦਾਂ ਨਹੀਂ ਵੀ ਜੇ ਕਿਸੇ ਨੇ ਲੈਣੀ ਮੈਂ ਤਾਂ ਹਾਲਟੋ ਵੀ ਵਧੀਆ ਕਹੂੰਗਾ ਮਰੂਤੀ ਵਧੀਆ ਕਹੂੰਗਾ ਅੱਜ ਕੱਲ ਪਰ ਜੇ ਕਿਸੇ ਨੂੰ ਇੰਨਾ ਅਫੋਰਡ ਕਰ ਸਕਦਾ ਵਾ ਇੰਨੇ ਪੈਸੇ ਤਾਂ ਜ਼ਰੂਰ ਲਵੇ ਮਤਲਬ ਜੇ ਕਿਤੇ ਨਾ ਕਿਤੇ ਕਿਸੇ ਨੇ 7-8 ਲੱਖ ਇਨਵੈਸਟ ਕਰਨਾ ਤਾਂ ਇਸ ਗੱਡੀ 'ਚ ਇਨਵੈਸਟ ਕਰ ਸਕਦਾ ਸਵਿਫਟ 'ਚ ਇਨਵੈਸਟ ਕਰ ਸਕਦਾ ਅੱਜ ਦੀ ਮੰਗ ਵਾ ਸਵਿਫਟ ਹਰੇਕ ਇੱਕ ਸੈਕਿੰਡ ਨਾਮ ਆ ਵੀ ਆਪਾਂ ਸਵਿਫਟ ਲਈਏ ਚਲੋ ਬਾਕੀ ਤਾਂ ਹੁਣ ਉੱਪਰ ਵੀ ਇਹਦੇ ਤੋਂ ਬਹੁਤ ਮਾਡਲ ਆ ਗਏ ਜਿੱਦਾਂ ਹੰਡਾਈ ਵਿੱਚ i20 ਦੀ ਗੱਲ ਹੋ ਗਈ ਬਰੀਜ਼ਾ ਹੋ ਗਈ ਕਰੈਟਾ ਹੋ ਗਈ ਉਹ ਵੀ ਜਿੱਦਾਂ ਕਿ ਇੱਥੋਂ ਥੋੜੇ ਪੈਸੇ ਜ਼ਿਆਦਾ ਖਰਚ ਕੇ ਆਪਾਂ ਅੱਜ ਲੈ ਰਹੀ ਆ ਜਾਂਦਾ ਤੇ ਭਾਜੀ ਆ ਜਿਹੜਾ ਹੈਡਰ ਆਰਮਲੈਸ ਟੇਪ ਮੈਨੂੰ ਲੱਗਦਾ ਆਫਟਰ ਮਾਰਕੀਟਿੰਗ ਹੀ ਹੈ ਭਾਈ ਸਾਰਾ ਕੁਝ ਹਾਂਜੀ ਇਹ ਨਹੀਂ ਨਾ ਮਤਲਬ ਨਾਲ ਮਿਲ ਜਾਂਦਾ ਜੀ ਹਾਂਜੀ ਜੇ ਇਹ ਕੰਪਨੀਆਂ ਕਰਾਉਂਦੇ ਤਾਂ ਉਹਨਾਂ ਨੇ ਘੱਟੋ ਘੱਟ ਰੁਪਈਆ 5-6 ਹਜ਼ਾਰ ਲੈ ਲਿਆ ਹਾਂਜੀ ਭਾਈ ਆਉਂਦਾ ਸੀਗਾ ਟੌਪ ਮਾਡਲ ਚਾਉਂਦਾ ਵਾ ਜੀ ਇਹ ਮਤਲਬ ਇਹ ਚੀਜ਼ਾਂ ਦੇ ਜਿਹੜੇ ਆ ਉਹਨਾਂ ਨੇ ਜ਼ਿਆਦਾ ਹਨਾ ਤੇ ਤੁਸੀਂ ਇੰਜਨ ਬੇ ਖੋਲਿਓ ਤਾਂ ਮਾੜਾ ਜਿਹਾ ਤੇ ਆਪਾਂ ਇੰਜਨ ਹੀ ਜਿਹੜਾ ਦਿਖਾ ਜ਼ਰੂਰ ਭਾਈ ਜੇ ਆਪਾਂ ਅੰਦਰ ਬੈਠ ਕੇ ਦੇਖੀਏ ਤਾਂ ਜਿਹੜਾ ਗੱਡੀ ਦਾ ਇੰਜਨ ਆ ਉਹ ਬਹੁਤ ਰਿਫਾਈਨ ਆ ਅੰਦਰ ਆਪਣੀ ਇੰਨੀ ਜਿਹੜੀ ਆਵਾਜ਼ ਆ ਉਹ ਨਹੀਂ ਜਿੱਦਾਂ ਪਤਾ ਲੱਗਦੀਗੀ ਤੇ ਬਾਹਰ ਆਪਾਂ ਮਤਲਬ ਦੇਖਦੇ ਹਾਂ ਵੀ ਜਿਹੜਾ ਉਹਦਾ ਕੀ ਹਿਸਾਬ ਕਿਤਾਬ ਆ ਤੇ ਬਾਹਰ ਵੀ ਆਪਾਂ ਦੇਖੀਏ ਤਾਂ ਜਿਹੜਾ ਏਸੀ ਮਤਲਬ ਲੱਗਾ ਹੋਇਆ ਵਾ ਤੇ ਏਸੀ ਲੱਗੇ ਹੋਣ ਦੇ ਨਾਲ ਤਾਂ ਵੀ ਆਵਾਜ਼ ਜਿਹੜੀ ਆ ਮਤਲਬ ਕੋਈ ਐਡੀ ਜ਼ਿਆਦਾ ਨਹੀਂ ਕਰਦੀ ਪਈਗੀ ਜਿਹੜਾ ਆਪਾਂ ਨੂੰ ਡਿਸਟਰਬੈਂਸ ਕ੍ਰੀਏਟ ਹੋਵੇ ਤੇ ਇੰਜਣ ਬਾਕੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਵੀ ਮਤਲਬ ਜਿਹੜਾ ਕਿਹੋ ਜਿਹਾ ਵਾ ਅਤੇ ਜਦ ਤੱਕ ਤੁਸੀਂ ਸਾਈਡ ਪ੍ਰੋਫਾਈਲ ਦੇਖ ਸਕਦੇ ਹੋ ਜੀ ਅਤੇ ਇੰਜਣ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂ ਇੰਜਣ ਦੇਖੋ ਬਹੁਤ ਜ਼ਿਆਦਾ ਰਿਫਾਈਨਡ ਆ ਅਤੇ ਜਿਹੜਾ ਇੰਜਣ ਤੁਹਾਨੂੰ ਮੈਂ ਸਪੈਸੀਫਿਕੇਸ਼ਨ ਦੀ ਗੱਲ ਕਰਾਂ ਤਾਂ 1197 cc ਇੰਜਣ ਆਉਂਦਾ ਵਾ ਅਤੇ 1.5 ਲੀਟਰ ਜਿਹੜਾ ਇੰਜਣ ਆ ਅਤੇ 114 nm ਦੀ ਟਾਰਕ ਪ੍ਰੋਡਿਊਸ ਕਰਦਾ ਵਾ ਅਤੇ 80 horsepower ਜਿਹੜੀ ਪ੍ਰੋਡਿਊਸ ਕਰਦਾ ਵਾ ਅਤੇ ਪਿਕਅਪ ਦੀ ਗੱਲ ਕਰੀਏ ਭਾਜੀ ਨਾ ਆਪਾਂ ਪਿਕਅਪ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਅੱਜ ਕੱਲ੍ਹ ਜਿਹੜੀ ਗੱਡੀਆਂ ਲੈਗ ਬਹੁਤ ਹੁੰਦੀਆਂ ਪਈਆਂ ਤਾਂ ਭਾਜੀ ਜਿਹੜੀ ਪਿਕਅਪ ਆ ਉਹ ਕਿਹੋ ਜਿਹੀ ਆ ਠੀਕ ਆ ਭਾਈ ਇੱਦਾਂ ਪਹਿਲੀ ਗੱਡੀ ਨੂੰ ਤਾਂ ਬਹੁਤ ਵਧੀਆ ਪਿਕਅਪ ਆਏ ਜੀ
ਤੇ ਸੋ ਥੈਂਕ ਯੂ ਤੁਹਾਡਾ ਮਤਲਬ ਸਾਨੂੰ ਇਨਫੋਰਮੇਸ਼ਨ ਦੇਣ ਲਈ ਤੇ ਸੋ ਆਈ ਹੋਪ ਯੂ ਗਾਇਜ਼ ਲਾਈਕ ਦਿਸ ਵੀਡੀਓ ਅਤੇ ਜੇ ਤੁਸੀਂ ਚੈਨਲ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਾਂ ਥੈਂਕ ਯੂ ਸੋ ਮੱਚ ਜੇ ਗੱਡੀ ਦੀ ਆਪਾਂ ਮਤਲਬ ਡਰਾਈਵਿੰਗ ਦੀ ਗੱਲ ਕਰੀਏ ਤਾਂ ਗੱਡੀ ਚਲਾਉਣ ਵਿੱਚ ਜਿਹੜੀ ਆ ਉਹ ਬਹੁਤ ਜ਼ਿਆਦਾ ਸਮੂਥ ਆ ਅਤੇ ਜਿਹੜਾ ਸਟੇਰਿੰਗ ਹੈ ਉਹ ਬਹੁਤ ਜ਼ਿਆਦਾ ਹੀ ਮਤਲਬ ਆਪਾਂ ਕਹਿ ਸਕਦੇ ਇਹਨੂੰ ਵੀ ਸਟੇਰਿੰਗ ਬਹੁਤ ਵਧੀਆ ਉਹਨਾਂ ਨੇ ਬਣਾਇਆ ਹੋਇਆ ਵਾ ਵੀ ਪ੍ਰੀਮੀਅਮ ਵੀ ਆ ਅਤੇ ਇੱਥੋਂ ਤੋਂ ਸਪੋਰਟੀ ਲੁੱਕ ਦਿੱਤੀ ਹੋਈ ਆ ਅਤੇ ਗੱਡੀ ਨੂੰ ਚਲਾਉਣ ਵਿੱਚ ਵਧੀਆ ਲੱਗਣ ਦੀ ਆ ਆਪਾਂ ਨੂੰ ਤਾਂ ਅਤੇ ਬਾਕੀ ਜਿਹੜੇ ਜਿੱਦਾਂ ਤੁਸੀਂ ਵੀ ਸਵਿਫਟ ਲਵਰ ਆ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜਿਹੜਾ ਇਹਦਾ ਸਟੇਰਿੰਗ ਦੀ ਗੱਲ ਕਰੀਏ ਤਾਂ ਉਹ ਬਹੁਤ ਜ਼ਿਆਦਾ ਮਤਲਬ ਜਿਹਨੂੰ ਆਪਾਂ ਪੰਜਾਬੀ ਭਾਸ਼ਾ ਰੈਲਾ ਕਹਿ ਦਿੰਦੇ ਹਾਂ ਤਾਂ ਸਟੇਰਿੰਗ ਜਿਹੜਾ ਤਾਂ ਬਹੁਤ ਥੋੜ੍ਹਾ ਰੈਲਾ ਵਾ ਅਤੇ ਬਾਕੀ ਮਤਲਬ ਸਾਰਿਆਂ ਦਾ ਆਪਦਾ ਸਕਦਾ ਹੁੰਦਾ ਕਈ ਜਿਹੜੇ ਆ ਉਹ ਥੋੜ੍ਹਾ ਹੈਵੀ ਸਟੇਰਿੰਗ ਪਸੰਦ ਕਰਦੇ ਆ ਕਿਉਂਕਿ ਜਿਹਨਾਂ ਨੇ ਡਰਿਫਟਿੰਗ ਕਰਨੀ ਹੁੰਦੀ ਆ ਜਾਂ ਮਤਲਬ ਦੂਸਰੇ ਆਪਾਂ ਨੂੰ ਕਹਿ ਦਿੰਦੇ ਹਾਂ ਵੀ ਕੱਟ ਕੁੱਟ ਵਗੈਰਾ ਮਾਰਨੇ ਹੁੰਦੇ ਆ ਤਾਂ ਉਹਦੇ ਲਈ ਜਿਹੜੀ ਇਹ ਆ ਮਤਲਬ ਗੱਡੀ ਮੈਂ ਤਾਂ ਕਹਿੰਦਾ ਵੀ ਸਵਿਫਟ ਹਲਕੀ ਜ਼ਰੂਰ ਆ ਭੱਜਣ ਵਿੱਚ ਪਰ ਜੇ ਆਪਾਂ ਇਹਨੂੰ ਕੰਟਰੋਲ 'ਚ ਚਲਾਈਏ ਤਾਂ ਗੱਡੀ ਜਿਹੜੀ ਇਹ ਜ਼ਿਆਦਾ ਵਧੀਆ ਵਾ।